देशवासियों की बेहद खुशखबरी सामने आई है कोरोना काल दे नू लैके। जिस तरह ना कोरोना काल की स्थिति जड़ी है वो चल रही है, कोरोना मरीज जड़े ने वह कोरोना दे विच जड़ी है चपेट दे विच आए हुए ने, उस नू लैके हुण बेहद ही खुशखबरी आई है कि हुण DRDO की दवाई नू मंजूरी मिल गई है। तो उन दस देनी है कि पाउडर के रूप दे विच ए दवाई तैयार की गई है जिसनू पानी दे कोल दे विच मिला के कोरोना मरीजा नू दिती जाएगी। सो बेहद ही खुशखबरी है कि हुण भारत ने एक दवाई तैयार की है पाउडर के रूप दे विच तैयार की गई है। इस तो पहला टीकों के रूप दे विच वैक्सीनेशन तैयार की गई सी, कोवैक्सीन ते कोविशील्ड जिहड़े सी टीके तैयार किए गए सीगे। उस तो बाद हुण एक पाउडर के रूप दे विच दवाई तैयार की गई है जिस नू कोरोना मरीजा नू दिती जाएगी। तो हुण दस देने हैं कि इस दवाई के नाल जिहड़े कोरोना मरीज ऑक्सीजन उत्ते निर्भर ने उन्हां दी निर्भरता जिहड़ी है घट जाएगी। सो एक बार फिर तुहानूं दस देने हैं कि DRDO की दवाई नू मंजूरी मिल गई है। 2-DOXY-D-GLUCOSE 2DG जिहड़ी है ये दवाई जिहड़ी है इस नाम तों जिहड़ी तैयार की गई है जिसनू जिस दे नाल हुण कोरोना मरीज जिहड़े ने उह ठीक हो जाएंगे, जल्द ही उन्हां दी रिकवरी भी जिहड़ी है ठीक हो जाएगी। क्लीनिकल जो ट्रायल किए गए तो उस दे विच देखा गया कि जिहड़े गंभीर स्थिति दे विच कोरोना मरीज से उन्हां ਨੂੰ ਇਹ ਦਵਾਈ ਜਿਹੜੀ ਹੈ ਕਾਫੀ ਮਾਫਕ ਆਈ ਹੈ ਤੇ ਉਹ ਵੀ ਰਿਕਵਰੀ ਹੋਣ ਦੀ ਰਿਕਵਰੀ ਹੋ ਰਹੇ ਨੇ। ਸੋ ਤੁਹਾਨੂੰ ਦੱਸ ਦਿੰਦੇ ਹਾਂ ਕਿ ਡਰੱਗਸ ਕੰਟਰੋਲਰ ਜਨਰਲ ਆਫ ਇੰਡੀਆ ਨੇ DRDO ਵੱਲੋਂ ਤਿਆਰ ਕਰੋਨਾ ਦੀ ਦਵਾਈ ਨੂੰ ਐਮਰਜੈਂਸੀ ਵਰਤੋਂ ਲਈ ਹੁਣ ਮਨਜ਼ੂਰੀ ਦੇ ਦਿੱਤੀ ਹੈ। ਰੱਖਿਆ ਮੰਤਰਾਲੀ ਨੇ ਜਾਣਕਾਰੀ ਦਿੱਤੀ ਹੈ, ਦੱਸਿਆ ਹੈ ਕਿ ਰੱਖਿਆ ਮੰਤਰਾਲੀ ਨੇ ਕਿ ਇਹ ਦਵਾਈ ਪਾਊਡਰ ਦੇ ਇੱਕ ਰੂਪ ਦੇ ਵਿੱਚ ਤਿਆਰ ਕੀਤੀ ਗਈ ਹੈ ਜਿਸ ਨੂੰ ਪਾਣੀ ਦੇ ਵਿੱਚ ਘੋਲ ਦੇ ਵਿੱਚ ਮਿਲਾ ਕੇ ਕਰੋਨਾ ਮਰੀਜ਼ਾਂ ਨੂੰ ਦਿੱਤੀ ਜਾਵੇਗੀ। ਤੁਹਾਨੂੰ ਵੀ ਦੱਸ ਦੇਣੀ ਆ ਕਿ 2-DOXY-D-GLUCOSE 2DG ਜਿਹੜੀ ਨਾਮ ਦੀ ਇਹ ਦਵਾਈ ਜਿਹੜੀ ਹੈ ਤਿਆਰ ਕੀਤੀ ਗਈ ਹੈ। ਡਰੱਗਸ ਕੰਟਰੋਲਰ ਜਨਰਲ ਆਫ ਇੰਡੀਆ ਨੇ ਦੱਸਿਆ ਹੈ ਕਿ 2DG ਦਵਾਈ ਦੇ ਕਲੀਨਿਕਲ ਅਜਮਾਇਸ਼ ਦੇ ਨਤੀਜਿਆਂ ਤੋਂ ਬਾਅਦ ਪਤਾ ਲੱਗਾ ਹੈ ਕਿ ਇਹ ਦਵਾਈ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਦੀ ਸਿਹਤ ਵਿੱਚ ਤੇਜ਼ੀ ਨਾਲ ਸੁਧਾਰ ਕਰਦੀ ਹੈ ਅਤੇ ਉਹਨਾਂ ਦੀ ਵਧੇਰੇ ਆਕਸੀਜਨ ਉੱਤੇ ਨਿਰਭਰਤਾ ਜਿਹੜੀ ਹੈ ਉਹ ਘੱਟ ਕਰਦੀ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਪਿਛਲੇ ਕੁਝ ਸਮੇਂ ਤੋਂ ਜਿਹੜੀ ਹੈ ਆਕਸੀਜਨ ਦੀ ਘਾਟ ਵੀ ਜਿਹੜੀ ਹੈ ਦੇਸ਼ ਦੇ ਵਿੱਚ ਜਿਹੜੀ ਹੈ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਹੁਣ ਇਹ ਦਵਾਈ ਜਿਹੜੀ ਹੈ ਜਿਨ੍ਹਾਂ ਕਰੋਨਾ ਮਰੀਜ਼ਾਂ ਨੂੰ ਆਕਸੀਜਨ ਦੀ ਜ਼ਰੂਰਤ ਹੁੰਦੀ ਹੈ ਉਹਨਾਂ ਲਈ ਬੇਹੱਦ ਮਾਫਕ ਹੈ ਕਿਉਂਕਿ ਇਸ ਦੇ ਨਾਲ ਇਸ ਦਵਾਈ ਦੇ ਨਾਲ ਆਕਸੀਜਨ ਦੀ ਨਿਰਭਰਤਾ ਜਿਹੜੀ ਕਰੋਨਾ ਮਰੀਜ਼ਾਂ ਦੀ ਹੈ ਉਹ ਹੁਣ ਘੱਟ ਜਾਵੇਗੀ। ਇਸ ਦੇ ਨਾਲ ਹੀ ਮੰਤਰਾਲੇ ਨੇ ਦੱਸਿਆ ਕਿ 1 ਮਈ ਨੂੰ ਡਰੱਗਸ ਕੰਟਰੋਲਰ ਨੇ ਕਰੋਨਾ ਦੇ ਦਰਮਿਆਨੀ ਤੌਤੇ ਗੰਭੀਰ ਲੱਛਣਾਂ ਵਾਲੇ ਮਰੀਜ਼ਾਂ ਲਈ ਇਸ ਦਵਾਈ ਦੀ ਵਰਤੋਂ ਦੀ ਮਨਜ਼ੂਰੀ ਦਿੱਤੀ ਸੀ। ਉਹਨੇ ਕਿਹਾ ਕਿ ਇਸ ਦਵਾਈ ਦੀ ਵਰਤੋਂ ਮਗਰੋਂ ਕਰੋਨਾ ਦੇ ਮਰੀਜ਼ਾਂ ਦੀ ਸਿਹਤ ਵਿੱਚ ਸੁਧਾਰ ਵੀ ਦੇਖਣ ਨੂੰ ਮਿਲਿਆ। ਸੋ ਇੱਕ ਵਾਰ ਫਿਰ ਤੁਹਾਨੂੰ ਦੱਸ ਦੇਣੇ ਆ ਕਿ DRDO ਨੇ ਇੱਕ ਦਵਾਈ ਤਿਆਰ ਕੀਤੀ ਸੀ ਜਿਹਨੂੰ ਮਨਜ਼ੂਰੀ ਮਿਲ ਗਈ ਹੈ। ਜਲਦ ਹੀ ਹੁਣ ਕਰੋਨਾ ਮਰੀਜ਼ਾਂ ਜਿਹੜੇ ਗੰਭੀਰ ਸਥਿਤੀ ਦੇ ਵਿੱਚ ਨੇ ਉਹਨਾਂ ਉੱਤੇ ਇਹ ਦਵਾਈ ਜਿਹੜੀ ਹੈ ਉਹਨਾਂ ਨੂੰ ਦਿੱਤੀ ਜਾਵੇਗੀ ਤਾਂ ਕਿ ਉਹ ਤੁਰੰਤ ਜਿਹੜੇ ਉਹ ਠੀਕ ਹੋ ਕੇ ਆਪਣੇ ਘਰ ਵਾਪਸ ਜਾ ਸਕਣ। ਸੋ ਭਾਰਤ ਨੇ ਇੱਕ ਦਵਾਈ ਜਿਹੜੀ ਹੈ ਉਹ ਬਣਾਈ ਹੈ, ਇਸ ਤੋਂ ਪਹਿਲਾਂ ਵੈਕਸੀਨ ਦੇ ਰੂਪ ਦੇ ਵਿੱਚ ਦਵਾਈ ਤਿਆਰ ਕੀਤੀ ਗਈ ਸੀ ਕੋਵੈਕਸੀਨ ਅਤੇ ਕੋਵਿਸ਼ੀਲਡ, ਅਤੇ ਹੁਣ ਇੱਕ ਪਾਊਡਰ ਦੇ ਰੂਪ ਦੇ ਵਿੱਚ ਦਵਾਈ ਤਿਆਰ ਕੀਤੀ ਗਈ ਹੈ ਜਿਸ ਨੂੰ ਪਾਣੀ ਦੇ ਘੋਲ ਦੇ ਵਿੱਚ ਮਿਲਾ ਕੇ ਕਰੋਨਾ ਮਰੀਜ਼ਾਂ ਨੂੰ ਦਿੱਤੀ ਜਾਵੇਗੀ। ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਦਵਾਈ ਦਾ ਨਾਂ ਜਿਹੜਾ ਹੈ ਉਹ 2DG ਯਾਨੀ ਕਿ 2-DOXY-D-GLUCOSE ਜਿਹੜੀ ਹੈ ਤਿਆਰ ਕੀਤੀ ਗਈ ਹੈ ਜਿਸ ਨੂੰ ਜਿਹੜੀ ਹੈ ਕਰੋਨਾ ਮਰੀਜ਼ਾਂ ਨੂੰ ਦਿੱਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਕਰੋਨਾ ਮਰੀਜ਼ ਜਿਹੜੇ ਗੰਭੀਰ ਸਥਿਤੀ ਵਿੱਚ ਸੀਗੇ ਉਹਨਾਂ ਉੱਤੇ ਟ੍ਰਾਇਲ ਕੀਤੇ ਗਏ ਨੇ। ਕਲੀਨਿਕਲ ਟ੍ਰਾਇਲ ਤੋਂ ਬਾਅਦ ਜਿਹੜੀ ਹੈ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਕਰੋਨਾ ਮਰੀਜ਼ ਸੀ ਇਸ ਦਵਾਈ ਦੇ ਨਾਲ ਜਿਹੜੀ ਰਿਕਵਰ ਹੋਣੇ ਸ਼ੁਰੂ ਹੋ ਗਏ ਨੇ। ਸੋ ਇਸ ਦਵਾਈ ਨੂੰ ਜਲਦ ਹੀ ਹੁਣ ਕਰੋਨਾ ਮਰੀਜ਼ਾਂ ਨੂੰ ਦਿੱਤੀ ਜਾਵੇਗੀ ਤਾਂ ਕਿ ਉਹ ਠੀਕ ਹੋ ਸਕਣ। ਅਤੇ ਸਭ ਤੋਂ ਜ਼ਿਆਦਾ ਜਿਹੜੀ ਅਹਿਮ ਗੱਲ ਹੈ ਇਸ ਦੇ ਵਿੱਚ ਕਿ ਜਿਹੜੀ ਆਕਸੀਜਨ ਦੀ ਨਿਰਭਰਤਾ ਜਿਹੜੀ ਸੀਗੀ ਕਰੋਨਾ ਮਰੀਜ਼ਾਂ ਦੀ ਸੀਗੀ, ਵਧੇਰੇ ਆਕਸੀਜਨ ਨਿਰਭਰਤਾ ਸੀਗੀ, ਉਹ ਹੁਣ ਘੱਟ ਜਾਵੇਗੀ ਅਤੇ ਲੋਕ ਜਿਹੜੇ ਕਰੋਨਾ ਮਰੀਜ਼ ਜਿਹੜੇ ਨੇ ਉਹ ਜਿਹੜੇ ਨੇ ਤੁਰੰਤ ਠੀਕ ਹੋ ਕੇ ਆਪਣੇ ਘਰ ਪਰਤ ਸਕਦੇ ਨੇ। ਸੋ ਇੱਕ ਵਾਰੀ ਫਿਰ ਤੁਹਾਨੂੰ ਦੱਸ ਦਿੰਦੇ ਹਾਂ ਕਿ DRDO ਵੱਲੋਂ ਤਿਆਰ ਕੀਤੀ ਦਵਾਈ ਨੂੰ ਮਨਜ਼ੂਰੀ ਮਿਲ ਗਈ ਹੈ ਅਤੇ ਜਲਦ ਹੀ ਇਹ ਦਵਾਈ ਜਿਹੜੀ ਹੈ ਕਰੋਨਾ ਮਰੀਜ਼ਾਂ ਨੂੰ ਦਿੱਤੀ ਜਾਵੇਗੀ।